ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਮੈਂ ਤੁਹਾਡਾ ਨਾਮ ਰਮਨ ਬਾਜਵਾ ਦਰਸ਼ਕੋ ਅੱਜ ਕਈ ਹੈ ਮਸਲਿਆਂ ਤੇ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਉਹਨਾਂ ਦਾ ਨਿੱਘਾ ਸਵਾਗਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਕੱਲ ਸਿੰਘੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਪੁਲਿਸ ਅਧਿਕਾਰੀਆਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਕਿ ਪਹਿਲਾਂ ਮਿੱਥੇ ਗਏ ਐਲਾਨ ਮੁਤਾਬਿਕ ਹੀ 26 ਜਨਵਰੀ ਨੂੰ ਟਰੈਕਟਰ ਪਰੇਡ ਕੀਤਾ ਜਾਏਗਾ ਰਿੰਗ ਰੋਡ ਤੇ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਦਿੱਲੀ ਤੋਂ ਬਾਹਰ ਟਰੈਕਟਰ ਮਾਰਚ ਕੱਢਣ ਦੀ ਸਲਾਹ ਦਿੱਤੀ ਹੈ ਉਧਰ ਅੱਜ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦਰਮਿਆਨ 10ਵੇਂ ਗੇੜ ਦੀ ਗੱਲਬਾਤ ਹੋਣ ਜਾ ਰਹੀ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਹਾਂ ਬਿਲਕੁਲ ਇਹ ਤਾਂ ਠੀਕ ਹੈਗੀ ਆ ਕਿ ਇਹ ਮੀਟਿੰਗਾਂ ਤੇ ਮੀਟਿੰਗਾਂ ਹੋਈ ਜਾ ਰਹੀਆਂ ਆ ਕੱਲ ਜਿਹੜੇ ਕਿਸਾਨ ਵੀਰ ਆ ਉਹਨਾਂ ਦੇ ਨਾਲ ਜਾਂ ਲੀਡਰਾਂ ਦੇ ਨਾਲ ਪੁਲਿਸ ਦੇ ਅਫਸਰਾਂ ਦੀਆਂ ਕਈ ਮੀਟਿੰਗਾਂ ਹੋਈਆਂ ਪਰ ਉਹਦੇ 'ਚ ਕੋਈ ਵੀ ਗੱਲ ਸਿੱਟੇ 'ਤੇ ਨਹੀਂ ਪਹੁੰਚੀ ਮੈਨੂੰ ਲੱਗਦਾ ਕਿ ਉਹ ਸਾਰੀਆਂ ਜੋ ਮੀਟਿੰਗਾਂ ਕਿਸਾਨਾਂ ਨੇ ਆਪਣੀ ਪ੍ਰਪੋਜ਼ਲ ਰੱਖੀ ਆ ਉਹ ਜਾ ਕੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨਗੇ ਅਤੇ ਸ਼ਾਇਦ ਅੱਜ ਦੁਬਾਰਾ ਕਿਸਾਨ ਹੋਊਗੀ ਅਤੇ ਕਿਸਾਨਾਂ ਨੇ ਜੋ ਪ੍ਰੈਸ ਕਾਨਫਰੰਸ ਕਰਕੇ ਅਤੇ ਵੈਸੇ ਵੀ ਬਿਆਨ ਦਿੱਤੇ ਆ ਉਹ ਸਾਰੇ ਸਾਫ਼ ਨਜ਼ਰ ਆਉਂਦਾ ਕਿ ਉਹਨਾਂ ਦੇ ਉਹ ਆਪਣੇ ਅਲੀਕੇ ਪ੍ਰੋਗਰਾਮ ਦੇ ਮੁਤਾਬਕ ਹੀ ਟਰੈਕਟਰ ਮਾਰਚ ਕਰਨਗੇ ਇਸ ਕਿਸਮ ਦਾ ਲਗਾਤਾਰ ਹਾਂਜੀ ਇਸ ਕਿਸਮ ਦਾ ਇੱਥੇ ਵੀ ਜਿਸ ਤਰੀਕੇ ਨਾਲ ਬਾਕੀ ਤਿੰਨਾਂ ਕਾਨੂੰਨਾਂ ਨੂੰ ਵਾਪਸ ਕਰਨ ਦੇ ਉੱਤੇ ਜਮੂਦ ਬਣ ਗਿਆ ਹੁਣ ਟਰੈਕਟਰ ਮਾਰਚ ਨੂੰ ਕਿੱਧਰ ਦੀ ਕੱਢਣਾ ਕਿੰਨਾ ਲੰਮਾ ਕੱਢਣਾ ਕਿਹੜੇ ਕਿਹੜੇ ਰਸਤੇ ਜਾਣੀ ਜਾਣਾ ਉਸ ਦੇ ਬਾਫੀ ਇੱਕ ਪਹਿਲਾਂ ਤਾਂ ਸੁਪਰੀਮ ਕੋਰਟ ਜਿਹੜੇ ਪੁਲਿਸ ਵਾਲੇ ਹੁਣ ਇਹ ਜਿਹੜੀਆਂ ਕੱਲ੍ਹ ਦੀਆਂ ਮੀਟਿੰਗਾਂ ਆਪਾਂ ਇਹੀ ਕਹਾਂਗੇ ਕਿ ਅੱਜ ਦੀ ਤਰੀਕ ਤੱਕ ਤਾਂ ਬੇਸਿੱਟਾ ਹੈ ਕਿਸਾਨਾਂ ਦੇ ਇਹ ਕਹਿਣਾ ਬਿਲਕੁਲ ਵਾਜਬ ਆ ਕਿਉਂਕਿ ਕਿਸਾਨ ਕਹਿ ਰਹੇ ਆ ਕਿ ਅਸੀਂ ਕਿਸਮ ਦੀ ਕੋਈ ਵਾਇਲੈਂਸ ਨਹੀਂ ਕਰ ਰਹੇ ਕੋਈ ਜ਼ਿਆਦਾ ਇਹੋ ਜਿਹੀ ਗੱਲ ਹੋ ਨਹੀਂ ਤਾਂ ਫਿਰ ਤੁਸੀਂ ਕਿਸ ਗੱਲ 'ਤੇ ਸ਼ੱਕ ਕਰਦੇ ਹਾਂ ਅਸੀਂ ਰਿੰਗ ਰੋਡ 'ਤੇ ਰਹਿਣਾ ਅਸੀਂ ਸ਼ਹਿਰ ਦੇ ਅੰਦਰ ਨਹੀਂ ਜਾਣਾ ਜੇ ਤੁਸੀਂ ਅੰਗੇ ਲੈ ਕੇ ਅਤੇ ਨਾਲ ਕਿਸਾਨਾਂ ਦੇ ਝੰਡੇ ਲੈ ਕੇ ਮਾਰਚ ਕਰ ਰਹੇ ਹਾਂ ਤਾਂ ਫਿਰ ਕਿਸ ਗੱਲ ਦੀ ਦਿੱਕਤ ਹੈ ਅਤੇ ਇਸ ਲਈ ਉਹ ਇਸ ਗੱਲ ਲਈ ਤਾਂ ਜਿਹੜੀ ਦਿੱਲੀ ਦੀ ਪੁਲਿਸ ਹੈ ਅਤੇ ਔਰ ਉਹਨਾਂ ਉਹ ਲਾਜਵਾਬ ਵੀ ਹੈ ਕਿ ਕੋਈ ਉਹਨਾਂ ਨੂੰ ਇਸ ਗੱਲ ਦਾ ਕੋਈ ਉਹਨਾਂ ਕੋਲ ਜਵਾਬ ਨਹੀਂ ਹੈ ਪਰ ਕਿਉਂਕਿ ਇਹ ਮਾਮਲਾ ਥੋੜ੍ਹਾ ਰਾਜਨੀਤਿਕ ਬਣ ਗਿਆ ਕਿਉਂਕਿ ਦਿੱਲੀ ਦੇ ਵਿੱਚ ਕਿਸਾਨਾਂ ਉੱਪਰ ਭਰੋਸਾ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਏਡੀ ਵੱਡੀ ਗਿਣਤੀ 'ਚ ਕਿਸਾਨ ਜਦੋਂ ਇੱਕ ਵਾਰੀ ਜੋ ਅੱਗੇ ਵਧਣਗੇ ਤਾਂ ਕੋਈ ਹੋਰ ਉੱਥੇ ਦੇ ਜਿਹੜੇ 26 ਜਨਵਰੀ ਦੇ ਪ੍ਰੋਗਰਾਮ ਆ ਉਹਨਾਂ 'ਚ ਖਲਲ ਨਾ ਹੋਵੇ ਪਰ ਮੈਨੂੰ ਲੱਗਦਾ ਇਹ ਬੇਤੁਕੀ ਗੱਲ ਆ ਜਦੋਂ 2 ਮਹੀਨੇ ਦੇ ਕਰੀਬ ਕਰੀਬ ਇੱਥੇ ਕਿਸਾਨ ਸਾਰੇ ਬੈਠੇ ਆ ਕੋਈ ਇਹੋ ਜਿਹੀ ਨਹੀਂ ਹੋਈ ਤਾਂ ਫਿਰ ਉਹਨਾਂ 'ਤੇ ਭਰੋਸਾ ਲੀਡਰਸ਼ਿਪ 'ਤੇ ਭਰੋਸਾ ਕਰਕੇ ਚੱਲਣਾ ਬਣਦਾ ਆ ਜਿਹੜੀ ਗੱਲ ਦੂਜੇ ਪਾਸੇ ਸਰਕਾਰ ਦੇ ਨਾਲ ਇਸੇ ਹੀ ਤਰਜ ਦੇ ਵਿੱਚ ਸਰਕਾਰ ਨਾਲ 10ਵੀਂ ਮੀਟਿੰਗ ਆ ਕੁਝ ਲੀਡਰਾਂ ਨੂੰ ਜਦ ਕੱਲ੍ਹ ਮੀਡੀਆ ਵਾਲਿਆਂ ਨੇ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਕਿ ਹੁਣ ਇਸ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲੂਗਾ ਅਤੇ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਤਾਂ ਕੋਈ ਹੁਣ ਉਮੀਦਗੀ ਨਹੀਂ ਹੈ ਜਿੱਥੇ 9 ਮੀਟਿੰਗ ਉਸ ਮੀਟਿੰਗ ਵੀ ਇੱਕ ਵੇਸਟਫੁਲ ਐਕਟੀਵਿਟੀ ਹੋਵੇ ਉਹਦਾ ਕਾਰਨ ਸਾਫ਼ ਨਜ਼ਰ ਆਉਂਦਾ ਕਿਉਂਕਿ ਕੋਈ ਵੀ ਲੀਡਰ ਇਹ ਤਾਂ ਗੱਲਾਂ ਜ਼ਰੂਰ ਕਹਿੰਦੇ ਕਿ ਅਗਲੀ ਮੀਟਿੰਗ ਦੇ ਵਿੱਚ ਹੱਲ ਨਿਕਲ ਆਊਗਾ ਹੋਰ ਵੀ ਕਈ ਲੀਡਰ ਕਹਿ ਰਿਹਾ ਦੁਸ਼ਯੰਤ ਸਟਾਲਰ ਨੇ ਵੀ ਕੱਲ੍ਹ ਕਿਹਾ ਕਿ ਦੇਖੋ ਮੈਨੂੰ ਲੱਗਦਾ ਕਿ ਜਿਹੜੀ ਇਹ ਅੱਜ ਦੀ ਮੀਟਿੰਗ ਹੋਣ ਜਾ ਰਹੀ ਹੈ 10ਵੀਂ ਮੀਟਿੰਗ ਅਤੇ ਇਹਦੇ ਵਿੱਚ ਕੋਈ ਨਾ ਕੋਈ ਹੱਲ ਨਿਕਲੂਗਾ ਹੱਲ ਦਾ ਮਤਲਬ ਜਦੋਂ ਦੋਵੇਂ ਗੱਲਾਂ ਬੇਸਿਕ ਇੱਕ ਗੱਲ ਨੂੰ ਮੰਨ ਕੇ ਚੱਲਦੀਆਂ ਕਿਸਾਨ ਕਹਿੰਦੇ ਆ ਕਿ ਅਸੀਂ ਕਾਨੂੰਨ ਵਾਪਸ ਲੈਣੇ ਆ ਕਰਵਾਉਣੇ ਆ ਤਾਂ ਸਰਕਾਰ ਕਹਿੰਦੀ ਅਸੀਂ ਵਾਪਸ ਲੈਣੇ ਨਹੀਂ ਹੋਰ ਜੋ ਕਹੋ ਅਸੀਂ ਕਰਦੇ ਹਾਂ ਇਸ ਗੱਲ ਦਾ ਕੋਈ ਵੀ ਹੱਲ ਨਾ ਤਾਂ ਕੋਰਟ ਕੋਲੋਂ ਨਿਕਲਿਆ ਨਾ ਇਹਨਾਂ ਮੀਟਿੰਗਾਂ 'ਚ ਨਿਕਲਿਆ ਨਾ ਕੋਈ ਹੋਰ ਤੀਜੇ ਧਿਰ ਇਹਦੇ 'ਚ ਕੱਢਣ ਦੇ ਵਿੱਚ ਕਾਮਯਾਬ ਹੋਈ ਹੈ ਅਤੇ ਅੱਜ ਦੀ ਮੀਟਿੰਗ 'ਚ ਵੀ ਸ਼ੁਰੂਆਤ ਤਾਂ ਉਸੇ ਤਰੀਕੇ ਨਾਲ ਹੋਊਗਾ ਕੋਈ ਨਾ ਕੋਈ ਥੋੜ੍ਹਾ ਕੋਈ ਨਵਾਂ ਪ੍ਰਪੋਜ਼ਲ ਇਹਨਾਂ ਦਾ ਆਉਣ ਦੀ ਉਮੀਦ ਬਣਦੀ ਹੈ ਕਿ ਸ਼ਾਇਦ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਹਨਾਂ ਦੀ ਇੰਪਲੀਮੈਂਟੇਸ਼ਨ ਸਸਪੈਂਡ ਕਰਦੇ ਹਾਂ ਜੇ ਉਹ ਉਸ ਨੂੰ ਲੰਬੀ ਇੱਕ ਕੋਈ ਡੇਟ ਤੈਅ ਹੋ ਜਾਵੇ 3 ਸਾਲ ਨਹੀਂ ਲਾਗੂ ਕਰਾਂਗੇ ਜਾਂ 4 ਸਾਲ ਜਦ ਤੱਕ ਇਹ ਟਰਮ ਹੈ ਨਹੀਂ ਲਾਗੂ ਕਰਾਂਗੇ ਅਤੇ ਸ਼ਾਇਦ ਕੋਈ ਇਹੋ ਜਿਹੀ ਪ੍ਰਪੋਜ਼ਲ ਨਵੀਂ ਆਵੇ ਪਰ ਜਿੱਥੋਂ ਤੱਕ ਖੁੱਲ੍ਹੀ ਕਾਨੂੰਨਾਂ ਨੂੰ ਵਾਪਸ ਕਰਨ ਦੀ ਗੱਲ ਹੈਗੀ ਉਹ ਤਾਂ ਸ਼ਾਇਦ ਤੋਮਰ ਅਤੇ ਪਿਊਸ਼ ਗੋਇਲ ਜੀ ਕਿਸੇ ਤਰੀਕੇ ਨਾਲ ਅਜੇ ਉਹ ਵੀ ਮਾਨਸਿਕ ਤੌਰ 'ਤੇ ਇਸ ਗੱਲ ਲਈ ਤਿਆਰ ਹੋ ਕੇ ਨਾ ਆਉਣ ਅਤੇ ਜ਼ਿਆਦਾਤਰ ਜੋ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਕਿ ਕੋਈ ਬਹੁਤੀ ਉਮੀਦ ਇਸ ਮੀਟਿੰਗ 'ਚ ਆਈ ਨਹੀਂ ਜਾ ਰਹੀ ਰੋਮ ਜੀ ਪ੍ਰੋਫੈਸਰ ਸਾਹਿਬ ਉੱਧਰ ਖੇਤੀ ਕਾਨੂੰਨ ਅਤੇ ਟਰੈਕਟਰ ਮਾਰਚ ਬਾਰੇ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਣੀ ਹੈ ਅਤੇ ਕਿਸਾਨਾਂ ਵੱਲੋਂ ਪ੍ਰਸ਼ਾਂਤ ਭੂਸ਼ਣ ਦੁਸ਼ਯੰਤ ਦਵੇ ਅਤੇ HS ਫੂਲਕਾ ਹੋਣਗੇ ਪੇਸ਼
ਦੇਖੋ ਇਹ ਤੇ ਜਿਹੜੀ ਪਿਛਲੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਡਾਂਟ ਡਪਟ ਲਾ ਕੇ ਪੁਲਿਸ ਨੂੰ ਭਜਾਇਆ ਸੀ ਕੋਰਟ 'ਚ, ਕਿ ਇਹ ਸਾਡਾ ਕੰਮ ਆ ਕਿ ਹੁਣ ਤੁਸੀਂ ਰੈਲੀ ਕਰਨੀ ਆ ਕਿ ਨਹੀਂ ਕਰਨ ਦੇਣੀ, ਕਿੱਧਰ ਦੀ ਜਾਣ ਦੇਣਾ ਕਿੱਧਰ ਨਹੀਂ ਜਾਣ ਦੇਣਾ। ਦੇਖੋ ਸੁਪਰੀਮ ਕੋਰਟ ਦਾ ਤੇ ਇੱਕ ਲੀਗਲ ਕਿਤੇ ਕੋਈ ਨੁਕਤੇ ਦੇ ਵਿੱਚ ਵਿਘਨ ਪਿਆ, ਖਾਸ ਕਰਕੇ ਸੁਪਰੀਮ ਕੋਰਟ ਦਾ ਟਾਈਮ ਇੰਨਾ ਵੇਸਟ ਕਰਨਾ ਚਾਹੀਦਾ? ਕੁਝ ਕੰਮ ਪੋਲੀਟੀਸ਼ੀਅਨਾਂ ਨੇ ਕਰਨੇ ਆ, ਕੁਝ ਕੰਮ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਰਨੇ ਆ, ਜਿਹੜੀ ਸਟੇਟ ਦੇ ਐਡਮਿਨਿਸਟ੍ਰੇਸ਼ਨ ਨੇ ਕਰਨੇ ਆ, ਕੁਝ ਕੰਮ ਜਿਹੜੇ ਆ ਪੁਲਿਸ ਦੇ ਅਧਿਕਾਰ ਕਹਿੰਦੇ ਆ। ਔਰ ਇਹ ਹੋਮ ਮਿਨਿਸਟਰ ਤੇ ਪੁਲਿਸ ਨੇ ਰਲ ਕੇ ਸਾਰੇ ਗੱਲ ਦਾ ਫੈਸਲਾ ਲੈਣਾ, ਇਹ 'ਚ ਕਿਹੜਾ ਕਾਨੂੰਨੀ ਨੁਕਤਾ, ਕਿਸੇ ਕਿਸਮ ਦਾ ਕਾਨੂੰਨੀ ਨੁਕਤਾ ਨਹੀਂ। ਅਤੇ ਜਾਣ ਬੁੱਝ ਕੇ ਗੱਲ ਨੂੰ ਉਲਝਾਉਣ ਲਈ, ਟਾਲਣ ਲਈ ਚਾਹੁੰਦੇ ਇਹ ਕਿ ਸ਼ਾਇਦ ਅਸੀਂ ਕਿਸੇ ਕਿਸਮ ਦੀ ਸੁਪਰੀਮ ਕੋਰਟ ਤੋਂ ਇਸੋ ਜਿਹੀ ਰਾਹਤ ਲੈ ਕੇ ਕਿ ਦੇਖੋ ਇਹ ਸੁਪਰੀਮ ਕੋਰਟ ਕੋਈ ਇਹੋ ਜਿਹਾ ਸ਼ਾਇਦ ਆਰਡਰ ਕਰ ਦੇ ਕਿ ਦੇਖੋ ਦੇਖੋ ਉਸ ਦਿਨ ਵੱਡਾ ਦਿਨ 26 ਜਨਵਰੀ, 15 ਅਗਸਤ ਸਾਡੇ ਦੇਸ਼ ਦੇ ਆਜ਼ਾਦ ਭਾਰਤ ਦੇ ਪ੍ਰੋਫੈਸਰ ਸਾਹਿਬ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਕਹਿ ਦਿੱਤਾ ਸੀ ਕਿ ਸੁਪਰੀਮ ਕੋਰਟ 'ਚ ਇਸ ਮਸਲੇ ਦਾ ਕੋਈ ਹੱਲ ਨਹੀਂ ਹੋਣ ਵਾਲਾ, ਇਹ ਮਸਲਾ ਕਿਸਾਨਾਂ ਤੇ ਕੇਂਦਰ ਦਰਮਿਆਨ ਹੈ ਤੇ ਕੇਂਦਰ ਨੇ ਹੀ ਇਸ ਦਾ ਮਸਲਾ ਹੱਲ ਕਰਨਾ ਹੈ। ਨਹੀਂ ਬਿਲਕੁਲ ਠੀਕ ਹੈ ਇਹ ਗੱਲ, ਕਿਉਂਕਿ ਅਸਲ 'ਚ ਇਹ ਗੱਲ ਇਹੀ ਹੈ, ਕੋਈ ਲੀਗਲ ਪੁਆਇੰਟ ਹੈ ਨਹੀਂ, ਮੈਂ ਵੀ ਇਹੀ ਗੱਲ ਕਹਿ ਰਿਹਾ। ਇਸ ਪੁਲਿਸ ਦਾ ਉੱਥੇ ਜਾਣਾ ਬਿਲਕੁਲ ਨਹੀਂ ਸੀ ਬਣਦਾ, ਇਸੇ ਕਰਕੇ ਫਟਕਾਰ ਪਈ। ਉਹਨਾਂ ਨੇ ਕਿਹਾ ਕਿ ਕੋਈ ਪੁਲਿਸ ਦੇ ਕਾਨੂੰਨ ਕਾਇਦਾ ਹੈ ਕਿ ਨਹੀਂ, ਤੁਸੀਂ ਉਹ ਪੜ੍ਹੇ ਕਿ ਨਹੀਂ, ਤੁਸੀਂ ਜਾ ਕੇ ਪੜ੍ਹ ਲਓ, ਇਹੋ ਜਿਹੇ ਫੈਸਲੇ ਕਿਵੇਂ ਕਰ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਤੁਹਾਨੂੰ ਤੁਹਾਡੇ ਕਾਨੂੰਨਾਂ ਬਾਰੇ ਵੀ ਦੱਸਣਾ ਪਊਗਾ। ਇਹ ਕਾਫੀ ਸਖਤ ਭਾਸ਼ਾ ਸੀਗੀ, ਪਰ ਜੋ ਅੱਜ ਇਹਨਾਂ ਨੇ ਸਾਰੀ ਗੱਲਬਾਤ ਹੋਈ, ਉਸ ਗੱਲ ਦੀ ਉੱਥੇ ਸ਼ਾਇਦ ਦੁਬਾਰਾ ਕਿਸੇ ਕਿਸਮ ਦੀ ਚਰਚਾ ਹੋਏ। ਇਕੱਲੀ ਇਸ ਗੱਲ ਦੀ ਚਰਚਾ ਨਹੀਂ ਹੋਊਗੀ, ਜਿਹੜੀ 20 ਤਰੀਕ ਦੁਬਾਰਾ ਦਿੱਤੀ ਗਈ ਸੀ, ਅੱਜ 20 ਤਰੀਕ ਹੈਗੀ ਹੈ, ਹੋਰ ਕਾਨੂੰਨੀਆਂ ਆਏ ਉੱਥੇ, ਬਹੁਤ ਸਾਰੀਆਂ ਪਟੀਸ਼ਨਾਂ ਪਈਆਂ ਹੋਈਆਂ, ਜਿਹੜੀਆਂ ਤਿੰਨਾਂ ਕਾਨੂੰਨਾਂ ਨੂੰ ਕੋਈ ਵਾਪਸ ਕਰਨ ਦੇ ਹੱਕ 'ਚ ਆ, ਕੁਝ ਨਾ ਕਰਨ ਦੇ ਹੱਕ 'ਚ ਆ, ਕਿਉਂਕਿ ਉਹਦੇ ਤੇ ਵੀ ਨਾਲੋ ਨਾਲ ਨਾਲ ਚਰਚਾ ਹੋਊਗੀ। ਇਸ ਲਈ ਜਿਵੇਂ ਤੁਸੀਂ ਕਿਹਾ ਆ, ਜਿਹੜੇ ਕਿਸਾਨਾਂ ਦੀ ਮਦਦ ਕਰਦੇ ਆ, ਦਵੇ ਦਵੇ ਹੈਗੇ ਆ, ਦਿਸ਼ਨ ਦਵੇ ਹੈਗੇ ਆ, ਫੂਲਕਾ ਜੀ ਹੈਗੇ ਆ, ਪ੍ਰਸ਼ਾਂਤ ਜੀ, ਇਸ ਉੱਥੇ ਦੇ ਵਿਆਪ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਣਗੇ। ਇਹ ਸ਼ਾਮ ਤੱਕ ਰਹੂਗੀ, ਜੇ ਨਹੀਂ ਹੁੰਦਾ ਤੇ ਉਸ ਤੋਂ ਲਿਸਟਿੰਗ ਹੋਈ ਉਹ ਮੁਤਾਬਕ, ਉਸ ਪ੍ਰੋਬੇਬਲੀ ਮੈਨੂੰ ਲੱਗਦਾ ਕਿ ਦੁਪਹਿਰ ਤੋਂ ਪਹਿਲਾਂ ਪਹਿਲਾਂ ਜਾਂ ਦੁਪਹਿਰ ਲੰਚ ਟਾਈਮ ਲੰਚ ਬ੍ਰੇਕ ਤੋਂ ਪਹਿਲਾਂ ਪਹਿਲਾਂ ਹੋ ਸਕਦਾ, ਇਹੋ ਜਿਹਾ ਜੇ ਕੇਸ ਪਹਿਲਾਂ ਲੱਗ ਗਿਆ ਤਾਂ ਇਹ ਫੈਸਲਾ ਅਜੇ ਕਰਨਾ। ਮੈਨੂੰ ਲੱਗਦਾ ਜਿੱਥੋਂ ਤੱਕ ਅਜੇ ਵੀ ਸੁਪਰੀਮ ਕੋਰਟ ਦਾ ਤਾਂ ਫੈਸਲਾ ਪਹਿਲੇ ਵਾਲਾ ਹੀ ਜਿਹੜਾ ਟਰੈਕਟਰ ਮਾਰਚ ਤੱਕ ਦਾ ਜਿੱਥੋਂ ਤੱਕ ਸੰਬੰਧ ਆ ਉਹ ਰਹਿਣਾ, ਇੰਨਾ ਕੁ ਜ਼ਰੂਰ ਹੋ ਸਕਦਾ ਕਿ ਕੁਛ ਏਰੀਏ ਨੂੰ ਜੇ 50 ਕਿਲੋਮੀਟਰ ਕਿਸਾਨ ਕਹਿ ਰਿਹਾ ਤਾਂ ਥੋੜ੍ਹਾ 40 ਕਿਲੋਮੀਟਰ ਕਰਤਾ ਜਾਏ ਜਾਂ 30 ਕਿਲੋ ਕਰਤਾ ਜਾਏ, ਇਹੋ ਜਿਹੀਆਂ ਗੱਲਾਂ ਤਾਂ ਹੋ ਸਕਦੀਆਂ। ਇਹ ਕਹਿਣਾ ਅਸੀਂ ਟਰੈਕਟਰ ਮਾਰਚ ਹੁਣ ਨਹੀਂ ਦਿਆਂਗੇ, ਇਹ ਲਈ ਦਾ ਸੁਪਰੀਮ ਕੋਰਟ ਆਧਾਰ ਨਹੀਂ ਹੈ। ਇਸ ਲਈ ਸੁਪਰੀਮ ਕੋਰਟ ਦਾ ਬਾਉਂਡ ਹੈ ਬਾਈ ਲਾਅ ਜੋ ਹੈਗਾ ਕਿ ਜੇ ਉਹ ਵਾਇਲੈਂਸ ਨਹੀਂ ਕਰਦੇ ਤਾਂ ਕਿਸ ਬਣਾ ਦੇ ਉੱਤੇ ਕੋਰਟ ਪੁਲਿਸ ਨੂੰ ਕਹੂਗੀ ਕਿ ਚੰਗਾ ਅਸੀਂ ਇਸ ਨੂੰ ਬੈਨ ਕਰ ਦਿੰਦੇ ਹਾਂ ਅਤੇ ਉਸ ਦਿਨ ਅਸੀਂ ਮਾਰਚ ਨਹੀਂ ਹੋਣ ਦਿੰਦੇ। ਜੇ ਸੁਪਰੀਮ ਕੋਰਟ ਇਹੋ ਜਿਹਾ ਫੈਸਲਾ ਕਰੂਗੀ ਵੀ ਤਾਂ ਮੈਨੂੰ ਨਹੀਂ ਲੱਗਦਾ ਕਿ ਛੇਤੀ ਛੇਤੀ ਇਹੋ ਜਿਹੇ ਗਲਤ ਫੈਸਲਿਆਂ ਦੀ ਜਿਹੜੀ ਸਾਡੇ ਲੀਡਰ ਸਾਹਿਬਾਨ ਆ ਜਿਨ੍ਹਾਂ ਨੇ ਬੜਾ ਸੋਚ ਸਮਝ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਸ ਵੱਡੇ ਦਿਨ ਨੂੰ ਮਨਾਉਣ ਦੀ ਆਪਣਾ ਫੈਸਲਾ ਲਿਆ, ਉਸ ਨੂੰ ਮਨਾਉਣ ਤੋਂ ਪਿੱਛੇ ਹਟਣ ਲਈ ਉਹ ਕਿਸੇ ਕਿਸਮ ਦੇ ਵੀ ਤਿਆਰ ਹੋਣਗੇ। ਹਾਂਜੀ ਰੋਮਨ ਜੀ, ਪ੍ਰੋਫੈਸਰ ਸਾਹਿਬ, ਉੱਧਰ ਕੱਲ੍ਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਇਸ ਮਸਲੇ ਦਾ ਇੱਕੋ ਇੱਕ ਹੱਲ ਹੈ। ਦੇਖੋ ਇਹ ਤੇ ਮੈਨੂੰ ਲੱਗਦਾ ਇਕੱਲਾ ਇੱਥੇ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਇਹ ਕਾਂਗਰਸ ਇੱਕ ਪਾਰਟੀ ਆ ਔਰ ਸਭ ਤੋਂ ਪੁਰਾਣੀ ਪਾਰਟੀ ਹੈ, ਦੇਸ਼ ਦੀ ਪਾਰਟੀ ਹੈ, ਜਿਹਦੀ ਦੇਸ਼ ਦੇ ਆਜ਼ਾਦੀ ਤੋਂ ਪਹਿਲਾਂ ਵੀ ਕਾਫੀ ਭੂਮਿਕੀ ਹੋ ਗਿਆ ਕਿ ਉਹ ਸਿਰਫ ਪ੍ਰੈਸ ਕਾਨਫਰੰਸਾਂ ਬਿਆਨਾਂ ਤੱਕ ਖੇਤੀ ਕਾਨੂੰਨਾਂ ਹਟਾਉਣ ਦੀ ਮੰਗ ਲਈ ਕਿਸਾਨਾਂ ਦੇ ਨਾਲ ਖੜੇ ਆ। ਇਹ ਸਿਰਫ ਇੰਨਾ ਨਹੀਂ ਗੱਲ ਹੋਊਗੀ, ਕਿਉਂਕਿ ਜਾਂ ਤੁਹਾਡਾ ਪਾਰਲੀਮੈਂਟ ਦੇ ਅੰਦਰ ਬਹੁਤ ਵੱਡਾ ਵੱਡੀ ਪਾਰਟੀ ਦੀ ਹੋਵੇ, 250 ਤੁਹਾਡੇ ਮੈਂਬਰ ਹੋਣ, ਜਿੱਥੇ ਹੁਣ ਫਿਰ ਤੁਹਾਡੀ ਆ ਵੀ ਬਹੁਤ ਅਸਰ ਹੁੰਦਾ, ਕਿਉਂਕਿ ਅੱਗੇ ਜਿਹੜਾ 29 ਜਨਵਰੀ ਨੂੰ ਹੋਣ ਵਾਲਾ ਪਾਰਲੀਮੈਂਟ ਸੈਸ਼ਨ ਆ ਉੱਥੇ ਕਾਫੀ ਤੂਫਾਨ ਖੜਾ ਹੋ ਸਕਦਾ। ਜਦ ਤੁਹਾਡੀ ਰਾਜਨੀਤਿਕ ਸ਼ਕਤੀ, ਰਾਜਨੀਤਿਕ ਆਧਾਰ ਪਹਿਲਾਂ ਹੀ ਇੰਨਾ ਸੁੰਗੜਿਆ ਹੋਵੇ ਤਾਂ ਉਸਨੂੰ ਇਹ ਚੰਗੀ ਇੱਕ ਅਪਰਚੁਨਿਟੀ ਸੀ, ਮੌਕਾ ਸੀ ਕਿ ਤੁਸੀਂ ਇੰਸਟੈਡ ਕਿ ਤੁਸੀਂ ਆਪਣੀਆਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਆਪਣੀ ਗੱਲ ਕਰੋ, ਤੁਹਾਨੂੰ ਹਾਂ ਨਾ ਕਰਨ ਨਾਲੋਂ ਤਾਂ ਉਹ ਵੀ ਚੰਗਾ ਆ ਕਿ ਇੱਕ ਲੀਡਰ ਆ, ਵੱਡੇ ਹੈਗੇ ਆ ਜਿਹੜੇ ਕਿ ਜਾਣੇ ਲੀਡਰ ਹੈ, ਜਦੋਂ ਕੁਛ ਕਹਿੰਦੇ ਆ ਮੀਡੀਆ ਉਹਨਾਂ ਨੂੰ ਕੈਰੀ ਕਰਦਾ। ਪਰ ਸਵਾਲ ਤਾਂ ਇਹ ਸੀ ਕਿ ਧਰਾਤਲ ਸਾਨਾਂ ਨੂੰ ਮੋਬਿਲਾਈਜ਼ ਕਰਦੇ, ਇਸ ਦੇਸ਼ ਪੱਧਰ ਦੀ ਇੱਕ ਪਾਰਟੀ ਹੋਣ ਕਰਕੇ ਸਾਰੇ ਦੇਸ਼ ਦੇ ਵਿੱਚ ਵੱਡੇ ਪੱਧਰ
ਦੇ ਉੱਤੇ ਕਿਸਾਨ ਇਹਨਾਂ ਕਿਸਾਨਾਂ ਦੇ ਹੱਕ ਵਿੱਚ ਇੱਕ ਹੋਰ ਕਿਸਾਨ ਅੰਦੋਲਨ ਜਿਹਦੇ ਵਿੱਚ ਪਾਰਟੀ ਦੇ ਭਾਵੇਂ ਝੰਡੇ ਨਹੀਂ ਚੁੱਕਦੇ ਪਰ ਕਿਸਾਨਾਂ ਦੇ ਤੇ ਆਪਣੇ ਇਹਨਾਂ ਦੇ ਕੋਲ ਕਿਸਾਨਾਂ ਦੇ ਵਿੱਚ ਆਧਾਰ ਹੈ ਉਸ ਨੂੰ ਮੋਬਿਲਾਈਜ਼ ਕਰਨਾ ਚਾਹੀਦਾ ਸੀ ਤਾਂ ਕਿ ਇਸ ਛੇਤੀ ਹੋਵੇ ਪਰ ਫਿਰ ਉਸ ਦਾ ਇੰਨਾ ਕੁ ਤੇ ਸਾਨੂੰ ਵੈਲਕਮ ਕਰਨਾ ਚਾਹੀਦਾ ਕਿ ਘੱਟ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਮੰਗ ਕੀਤੇ ਉਹਨਾਂ ਨੂੰ ਰੱਦ ਕਰਨਾ ਹੀ ਇੱਕ ਮਾਤਰ ਇਸ ਸਾਰੇ ਜਮੂਦ ਦਾ ਸਟੇਲਮੇਟ ਦਾ ਹੱਲ ਹੈਗਾ ਪਰ ਦੂਜੀ ਗੱਲ ਜਿਹੜੀ ਜ਼ਿਆਦਾ ਹਾਈਲਾਈਟ ਕੀਤੀ ਉਹ ਹੈਗੀ ਆ ਅਰਨਬ ਗੋਸ ਜਿਹੜੇ ਆਪਣੇ ਸਟੂਡੀਓ ਉੜ ਕੇ ਤੁਹਾਨੂੰ ਪਤਾ ਜਿਹੜੇ ਵੀ ਗੈਸਟ ਉਹਨਾਂ ਦੀ ਕੋਈ ਉਹਨਾਂ ਦੇ ਸਵਾਲ ਦਾ ਉਹਨਾਂ ਦੇ ਮੁਤਾਬਕ ਜਵਾਬ ਨਹੀਂ ਸੀ ਦਿੰਦਾ ਤੇ ਬੜਾ ਭਾਰੂ ਸੀਗੇ ਮਤਲਬ ਇਹ ਤੱਕ ਹੁੰਦਾ ਸੀਗਾ ਕਿ ਜੇ ਕੋਈ ਵੱਡਾ ਪੁਲਿਸ ਦਾ ਥਾਣੇਦਾਰ ਉੱਥੇ ਸੀ ਉਹ ਕੋਈ ਥਾਣਾ ਹੋਵੇ ਜਾਣੀ ਸਟੂਡੀਓ ਨਾ ਹੋਵੇ ਜਿੱਥੇ ਕਿ ਬੜੀ ਸਹਿਤ ਕੋਈ ਸਮਝਦਾਰੀ ਦੇ ਨਾਲ ਬਹਿਸ ਉਹ ਸਾਰੇ ਦੇ ਉੱਤੇ ਵੀ ਉਹਨਾਂ ਨੇ ਸਵਾਲ ਜੋ ਅਰਨਬ ਗੋਸਵਾਮੀ ਦੇ 500 ਪੇਜ ਦੀ ਜਿਹੜੀ ਪਹਿਲਾਂ ਹੀ ਰਿਪੋਰਟ ਜਾਇਆ ਔਰ ਉਹਨਾਂ ਦੇ ਜਿਹੜੇ ਪਹਿਲਾਂ ਹੀ FIR ਦਰਜ ਉਹਦੇ ਨਾਲ ਐਡੀਸ਼ਨ ਕਰ ਦਿੱਤੀ ਉਹ ਵਟਸਐਪ ਤੋਂ ਸਾਰੀ ਜਿਹੜੀ ਆ ਪਾਰਥੋ ਦਾਸ ਗੁਪਤਾ ਦੇ ਨਾਲ ਚੈਟ ਆ ਜਿਹੜੇ ਕਿ BARC ਦੇ CO ਸੀ ਹੁਣ ਰਿਟਾਇਰਡ ਹੈਗੇ ਆ ਤੇ ਉਹ ਕਹਿ ਰਹੇ ਸੀਗੇ ਕਿ ਸਾਨੂੰ ਜਿਹੜੇ ਦਾਸ ਗੁਪਤਾ ਸੀਗੇ ਮੈਨੂੰ PMO ਦੇ ਦਫ਼ਤਰ ਵਿੱਚ ਕੋਈ ਕਹਿੰਦੇ ਨਾ ਉੱਥੇ ਮੇਰੀ ਕੋਈ ਐਂਟਰੀ ਮਰਵਾਓ ਮੈਂ ਕੁਛ ਨਾ ਕੁਛ ਮੈਨੂੰ ਵੀ ਕੁਛ ਲਾਭ ਮਿਲੇ ਸਭ ਤੋਂ ਵੱਡੀ ਗੱਲ ਜਿਹੜੀ ਹਾਈਲਾਈਟ ਹੋਈ ਆ ਕਿ ਜੋ ਬਾਲਾਕੋਟ ਦੇ ਉੱਤੇ ਹਮਲਾ ਆਪਣੀ ਸਰਕਾਰ ਨੇ ਕੀਤਾ ਸੀ ਜਿਹਦਾ ਵਿੰਡਫਾਲ ਜਿਹਦਾ ਫਾਇਦੇ ਦੇ ਨਾਲ ਜਿਹਦਾ ਫਾਇਦਾ ਉਠਾ ਕੇ ਬੜੇ ਪਲੈਨ ਢੰਗ ਦੇ ਨਾਲ ਮੋਦੀ ਜੀ ਨੇ ਜਿਹੜੀ ਹੋਣ ਵਾਲੀ ਸਰਕਾਰ ਬਣਾਈ ਆ ਵੱਡੇ ਪੱਧਰ 'ਤੇ ਆਪਣੀ ਜਿੱਤ ਹਾਸਲ ਕੀਤੀ ਸੀ ਲੋਕਾਂ ਨੂੰ ਖੁਸ਼ ਕਰਕੇ ਉਸ ਸਾਰੀ ਸਟਰੈਟਜੀ ਇਸ ਨੂੰ 3 ਦਿਨ ਪਹਿਲਾਂ ਅਰਨਬ ਗੋਸਵਾਮੀ ਕੋਲ ਸੀ ਜਿਹੜੀ ਕਿ ਪਾਰਥੋ ਦੇ ਨਾਲ ਉਹਨਾਂ ਨੇ ਸਾਂਝੀ ਕੀਤੀ ਪਾਰਥੋ ਦੇ ਨਾਲ ਜਦੋਂ ਕੀਤੀ ਤਾਂ ਉਹ ਹੁਣ ਜਦੋਂ ਸਾਰੀ ਪਬਲਿਕ ਗੇਜ਼ ਦੇ ਵਿੱਚ ਆ ਗਈ ਆ ਲੋਕ ਕਹਿੰਦੇ ਕਿ ਐਡੇ ਵੱਡੇ ਸੀਕਰਟ ਮਾਮਲੇ ਮੋਦੀ ਕਿ ਜਿਹੜੇ ਟੌਪ ਦੇ 5 ਬੰਦੇ ਆ ਜਿਸ ਤਰ੍ਹਾਂ ਜਿਹੜੇ ਡਿਫੈਂਸ ਮਿਨਿਸਟਰ ਆ ਹੋਮ ਮਿਨਿਸਟਰ ਆ ਜਾਂ ਪ੍ਰਧਾਨ ਜਾਂ ਸਾਡੇ ਹੈਗੇ ਆ ਉਹਨਾਂ ਨੂੰ ਇਹ 5 ਬੰਦੇ ਜਿਹੜੇ ਉੱਪਰਲੇ ਆ ਇਹਨਾਂ ਨੂੰ ਸਾਡੇ ਦਾ ਸਾਰਾ ਪਤਾ ਉਹ ਸਾਨੂੰ ਪਤਾ ਲੈਣਾ ਚਾਹੀਦਾ ਕਿਸ ਕਿਸ ਨੇ ਦਿੱਤੀ ਉਹ ਜੇਲ੍ਹ 'ਚ ਜਾਣਾ ਚਾਹੀਦਾ ਅਰਨਬ ਗੋਸਵਾਮੀ ਤੇ ਜੇਲ੍ਹ 'ਚ ਜਾਣਾ ਚਾਹੀਦਾ ਕਿਉਂਕਿ ਦੇਸ਼ ਦੇ ਪੋਜ਼ਿਟਿਵ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਨੇ ਉਹਦੇ ਨਾਲ ਕੰਪਰੋਮਾਈਜ਼ ਕੀਤਾ ਸਾਰਾ ਕੁਝ ਚੈਟ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਅੱਜ ਕੱਲ੍ਹ ਮਸਾਲਾ ਤੇ ਉਹ ਚਰਚਾ ਦਾ ਵਿਸ਼ਾ ਆ ਪਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਦੀ ਕਮੇਟੀ ਬਣਨੀ ਚਾਹੀਦੀ ਹੈ ਕੋਈ ਜਿਹੜੀ ਕਿ ਇਹਦੀ ਸਾਂਝੀ ਪਾਰਲੀਮੈਂਟ ਦੀ ਕਮੇਟੀ ਇਹਦੀ ਕਰੇ ਇਸ ਗੱਲ ਦੀ ਉਹਨਾਂ ਨੇ ਮੰਗ ਕੀਤੀ ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ। ਪ੍ਰੋਫੈਸਰ ਸਾਹਿਬ, ਖਬਰਾਂ ਦਾ ਸਿਲਸਿਲਾ ਅਸੀਂ ਅੱਗੇ ਤੋਰੀਏ ਤਾਂ ਸਿੰਘੂ ਬਾਰਡਰ ਤੋਂ ਸ਼ਿਮਲਾ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਕਿਸਾਨ ਆਗੂਆਂ ਵੱਲੋਂ ਗ੍ਰਿਫਤਾਰੀ ਬੋਲਣ ਦੀ ਆਜ਼ਾਦੀ ਤੇ ਹੱਲਾ ਕਰਾਰ, ਰਿਜ ਤੇ ਖੇਤੀ ਕਾਨੂੰਨਾਂ ਬਾਰੇ ਲੋਕਾਂ ਨੂੰ ਕਰਵਾ ਰਹੇ ਸਨ ਜਾਣੂ। ਦੇਖੋ ਰੋਮਨ, ਇਹ ਉਹ ਇੱਥੋਂ ਗੱਡੀ 'ਚ ਗਏ ਆ, ਆਪਣਾ ਕਿਸਾਨਾਂ ਦਾ ਝੰਡਾ ਲਾ ਕੇ ਗਏ ਆ। ਕਿਸਾਨਾਂ ਦੀ ਅੱਜ ਕੱਲ੍ਹ ਤੇ ਨੌਰਥ ਵੈਸਟ ਇੰਡੀਆ ਦੇ ਵਿੱਚ ਤੇ ਬੜਾ ਅਦਬ ਮਾਣ ਹੈਗਾ ਆ। ਇਹ ਕਿਉਂ ਹੋਇਆ ਇਸ ਤਰੀਕੇ ਨਾਲ, ਇਹ ਮੈਨੂੰ ਸਮਝ ਨਹੀਂ ਪੈਂਦੀ, ਪਰ ਉਹਨਾਂ ਨੇ ਇਹਨੂੰ ਕੋਰਟ ਕਰਕੇ ਕਿਹਾ, ਉੱਥੋਂ ਦੀ ਹਾਈ ਕੋਰਟ ਨੇ ਕੀਤਾ ਆ ਕਿ ਰਿਜ ਦੇ ਉੱਤੇ ਵੀ ਬਿਨਾਂ ਆਗਿਆ ਤੋਂ ਪ੍ਰੋਟੈਸਟ ਵਗੈਰਾ ਇਹੋ ਜਿਹੀ ਚੀਜ਼ ਨਹੀਂ ਹੋਊਗੀ। ਇਹ ਪਹਿਲਾਂ ਤਾਂ ਵੈਸੇ ਗਲਤ ਗੱਲ ਆ, ਸੁਪਰੀਮ ਕੋਰਟ ਨੂੰ ਵੀ ਸੋਚ ਕੇ ਫੈਸਲੇ ਕਰਨੇ ਚਾਹੀਦੇ ਆ। ਇਹ ਟੂਰਿਜ਼ਮ ਠੀਕ ਆ, ਉਹਨਾਂ ਦੀ ਇੱਕ ਬੜੀ ਵੱਡੀ ਇੰਡਸਟਰੀ ਆ, ਸ਼ਿਮਲਾ ਇੱਕ ਟੂਰਿਸਟ ਹੱਬ ਆ, ਜੇ ਉੱਥੇ ਪ੍ਰੋਟੈਸਟਾਂ ਦਾ ਸੈਂਟਰ ਬਣ ਜੂ ਤਾਂ ਫਿਰ ਉਹ ਉਹਨਾਂ ਦੀ ਟੂਰਿਜ਼ਮ ਇੰਡਸਟਰੀ ਨੂੰ ਨੁਕਸਾਨ ਪਹੁੰਚ ਸਕਦਾ। ਪਰ ਪ੍ਰੋਟੈਸਟ ਕੋਈ ਨਹੀਂ, ਕੈਪੀਟਲ ਆ ਸ਼ਿਮਲਾ, ਕੋਈ ਛੋਟੀ ਗੱਲ ਥੋੜ੍ਹੀ ਹੈ। ਤੁਸੀਂ ਉੱਥੇ ਕਿਵੇਂ ਕਰ ਸਕਦੇ ਆ? ਰਿਜ ਇੱਕ ਇਹੋ ਜਿਹੀ ਜਗ੍ਹਾ ਆ ਜਿਹੜੀ ਕਿ ਨੈਚੁਰਲ ਇੱਕ ਮੀਟਿੰਗ ਪਲੇਸ ਆ। ਤੁਸੀਂ ਕਿਸੇ ਵੀ ਜਗ੍ਹਾ ਨੂੰ ਆਪਣੇ ਕਿਸ ਆਧਾਰ ਦੇ ਉੱਤੇ, ਕਿਹੜੇ ਕਾਨੂੰਨ, ਲੋਕਾਂ ਦੇ ਫੰਡਾਮੈਂਟਲ ਰਾਈਟ ਹੈਗੇ ਆ ਕਿ ਅਸੀਂ ਕਿਤੇ ਆਪਣਾ ਗੱਲ ਕਰ ਸਕਦੇ ਹਾਂ? ਹਾਂ, ਕੋਈ ਵਾਇਲੈਂਟ ਨਹੀਂ ਹੋਣਾ ਚਾਹੀਦਾ ਕਾਨੂੰਨ ਦੇ ਦਾਇਰੇ ਦੇ ਤਹਿਤ। ਪ੍ਰੋਟੈਸਟ ਕਰਨ ਦੀ ਜਗ੍ਹਾ ਨੂੰ ਹੀ ਤੁਸੀਂ ਹਟਾ ਕੇ ਇਹ ਜਗ੍ਹਾ ਬੈਂਡ ਹੈਗੀ, ਇਹ ਇੱਕ ਆਪਣੇ ਆਪ ਵਾਲੀ ਆ ਚਿੰਨ੍ਹ ਦੇ ਵਿੱਚ ਕਿਰੀ ਹੋਏ ਫੈਸਲੇ ਹੈਗੇ ਆ। ਇਹਦੇ 'ਤੇ ਮੇਰਾ ਖਿਆਲ ਹੈ ਕਿ ਜਿਹੜੇ ਉੱਥੋਂ ਦੇ ਐਕਟੀਵਿਸਟ ਆ ਉਹਨਾਂ ਨੂੰ ਸੁਪਰੀਮ ਕੋਰਟ 'ਚ ਇਸ ਹਾਈ ਕੋਰਟ ਦੇ ਫੈਸਲੇ ਨੂੰ ਚੱਲਣਾ ਚਾਹੀਦਾ। ਦੂਜਾ, ਉਹ ਕੋਈ ਕਿਸੇ ਕਿਸਮ ਦੀ ਉੱਥੇ ਰਿਜ ਦੇ ਉੱਤੇ ਵਾਇਲੈਂਸ ਤਾਂ ਨਹੀਂ ਸੀ ਕਰ ਰਹੇ, ਉਹ ਤਾਂ ਸਿੰਪਲੀ ਇਸ ਗੱਲ ਦਾ ਪ੍ਰਚਾਰ ਕਰ ਰਹੇ ਸੀ। ਉਹਨਾਂ ਕੋਲ ਝੰਡਾ ਜ਼ਰੂਰ ਦਾ ਨਾਲ ਸੀਗਾ ਕਿ ਜਿਹੜੀ ਦੇਸ਼ ਦੇ ਵਿੱਚ
ਤਾਂ ਕਿ ਉੱਥੇ ਲੋਕ ਜਾ ਕੇ ਹਿਮਾਚਲ ਦੇ ਵਿੱਚ ਵੀ ਇਸ ਥੋੜਾ ਆਭਾਰ ਨੂੰ ਜਾਂ ਲੋਕਾਂ ਦੇ ਵਿੱਚ ਮੋਬਿਲਾਈਜੇਸ਼ਨ ਨੂੰ ਵਧਾ ਉਹਦਾ ਵਾਧਾ ਕਰ ਸਕਣ। ਪਰ ਜਿਸ ਢੰਗ ਦੇ ਨਾਲ ਉਹਨਾਂ ਨੂੰ ਉੱਥੋਂ ਹਟਾਇਆ ਗਿਆ ਫੜ ਕੇ, ਜਾਂ ਜਿਸ ਤਰ੍ਹਾਂ ਦੀਆਂ ਫੋਟੋਆਂ ਆਈਆਂ ਜ਼ਬਰਦਸਤੀ ਧੱਕੇ ਦੇ ਨਾਲ ਉਹਨਾਂ ਨੂੰ ਲਿਜਾ ਕੇ ਥਾਣੇ ਦੇ ਵਿੱਚ, ਉਹਨਾਂ 'ਤੇ ਕੇਸ ਕੂਸ ਜਿਹੜੀਆਂ ਵੀ ਐਪਰੋਪ੍ਰੀਏਟ ਧਾਰਾ ਉਹਨਾਂ ਨੇ ਬਣਦੀਆਂ ਸੀ ਉਹ ਲਾ ਕੇ ਉਹਨਾਂ ਨੂੰ ਕੀਤਾ। ਇਹ ਬਹੁਤ ਹੀ ਇੱਕ ਆਜ਼ਾਦ ਭਾਰਤ ਦੇ ਵਿੱਚ ਲੋਕਾਂ ਦੀ ਵਾਇਸ ਨੂੰ ਬੰਦ ਕਰਨਾ, ਲੋਕਾਂ ਦੀ ਜਿਹੜੀ ਪੂਰੀ ਹੱਕਾਂ ਨੂੰ ਕੁਚਲਣਾ, ਇਹ ਮਾੜੀ ਗੱਲ ਹੈਗੀ ਆ। ਸ਼ਿਮਲੇ ਦੇ ਵਿੱਚ ਇਕੱਲਾ ਤੁਸੀਂ ਇਹ ਤਾਂ ਨਹੀਂ ਨਾ ਕਿ ਉੱਥੇ ਸੈਰ ਸਪਾਟੇ ਲਈ ਹੈਗਾ, ਸ਼ਿਮਲੇ ਦੇ ਵਿੱਚ ਕੋਈ ਗਲਤ ਜਾਂ ਹਿਮਾਚਲ 'ਚ ਕੋਈ ਗਲਤ ਹੋਵੇ ਤਾਂ ਸ਼ਿਮਲਾ ਇੱਕ ਜਗ੍ਹਾ ਹੈਗੀ ਆ। ਰਿਜ ਨੂੰ ਤੁਸੀਂ ਕਿਉਂ, ਰਿਜ ਨਹੀਂ ਇੱਥੇ, ਮਤਲਬ ਰਿਜ ਹੀ ਇੱਕ ਕਾਮਨ ਪਲੇਸ ਆ ਜਿੱਥੇ ਲੋਕ ਧੁੱਪ ਸੈਲ, ਜਿੱਥੇ ਇੱਕ ਕਾਮਨ ਮੀਟਿੰਗ ਪਲੇਸ ਆ, ਉਹ ਬਿਲਕੁਲ ਉਸੇ ਤਰੀਕੇ ਨਾਲ ਆ ਜਿਵੇਂ ਚੰਡੀਗੜ੍ਹ ਦੇ ਵਿੱਚ ਸੈਕਟਰ 17 ਪਲਾਜ਼ਾ ਹੈ, ਜਿੱਥੇ ਸਾਰੇ ਲੋਕ ਖੁੱਲ੍ਹੀ ਜਗ੍ਹਾ ਮਿਲਦੇ ਗਿਲਦੇ ਹੈ, ਅਤੇ ਉੱਥੇ ਹਮੇਸ਼ਾ ਪ੍ਰੋਟੈਸਟ ਹੁੰਦੇ ਆ। ਜੇ ਕੱਲ੍ਹ ਨੂੰ ਕੋਈ ਸਾਡੀ ਪੰਜਾਬ ਦੀ ਹਾਈ ਕੋਰਟ ਇਹ ਫੈਸਲਾ ਕਰਦੇ ਕਿ 17 ਸੈਕਟਰ ਦੇ ਵਿੱਚ ਪ੍ਰੋਟੈਸਟ ਨਹੀਂ ਹੋ ਸਕਦੇ, ਤਾਂ ਕੁਦਰਤੀ ਆ ਕਿ ਅਸੀਂ ਤਾਂ ਘੱਟ ਉੱਥੇ ਪੱਕਾ ਹੀ ਡੇਰਾ ਪ੍ਰੋਟੈਸਟਾਂ ਦਾ ਲਾ ਦਿਆਂਗੇ। ਫੈਸਲਿਆਂ ਦੀ ਤਾਂ ਕੋਈ ਵੀ ਜਗ੍ਹਾ ਇਸ ਦੇਸ਼ ਦੇ ਅੰਦਰ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਸੰਵਿਧਾਨਿਕ ਹੱਕ ਹੈਗੇ। ਜੋ ਵੀ ਉੱਥੇ ਹੋਇਆ ਉਹ ਮਾੜਾ ਹੋਇਆ ਬਹੁਤ, ਖਾਸ ਕਰਕੇ ਜਦੋਂ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਸਿੰਪਲ ਆਪਣੀ ਗੱਲ ਕਰ ਰਹੇ ਸੀ, ਕੋਈ ਕਿਸੇ ਕਿਸਮ ਦੇ ਨਾਅਰੇ ਨਹੀਂ ਮਾਰੇ, ਕੋਈ ਰੈਲੀ ਨਹੀਂ ਕਰ ਰਹੇ, ਕੋਈ ਬਦਮਗਜ਼ੀ ਨਹੀਂ ਕਰ ਰਹੇ, ਅਤੇ ਇਸ ਨੂੰ ਹਟਾਉਣਾ ਇਹ ਤਾਂ ਹੋਰ ਵੀ ਨਿੰਦਣੀ ਅਤੇ ਮਾੜੀ ਗੱਲ। ਸਪੋਰਟਸ ਮਿਨਿਸਟਰ ਰੰਧਾਵਾ ਇਸ ਗੱਲ ਦੀ, ਜਿਹੜੇ ਪੰਜਾਬ ਦੇ ਮਿਨਿਸਟਰ ਹੈਗੇ ਆ, ਉਹਨਾਂ ਨੇ ਇਸ ਗੱਲ ਦੀ ਨਿੰਦਾ ਕੀਤੀ ਹੈਗੀ। ਜੀ ਪ੍ਰੋਫੈਸਰ ਸਾਹਿਬ, ਉੱਧਰ ਪੰਜਾਬ ਵਿੱਚ ਮਿਊਂਸੀਪਲ ਚੋਣਾਂ ਦਾ ਬਿਗਲ ਵੱਜ ਚੁੱਕਿਆ, ਪਰ ਇਸ ਤੋਂ ਪਹਿਲਾਂ ਭਾਜਪਾ ਵਿੱਚ ਜੋ ਬਗਾਵਤੀ ਸੁਰਾਂ ਦੇਖਣ ਨੂੰ ਮਿਲ ਰਹੀਆਂ ਨੇ, ਕਈ ਭਾਜਪਾ ਆਗੂ ਅਸਤੀਫਾ ਦੇ ਗਏ ਨੇ ਤੇ ਕਈ ਭਾਜਪਾ ਆਗੂ ਹੁਣ ਕਿਸਾਨਾਂ ਦੀ ਹਮਾਇਤ ਵਿੱਚ ਨਿਤਰੇ ਨੇ। ਬਿਲਕੁਲ ਠੀਕ ਹੈ, ਫਰੀਦਕੋਟ ਦੇ ਵਿੱਚ ਸਾਨੂੰ ਪਹਿਲਾਂ ਵੀ ਪਤਾ ਸੀ ਕਿ ਕੁਛ ਉਹਨਾਂ ਦੇ ਲੀਡਰ ਜਿਹੜੇ ਉਹ ਜਾ ਕੇ ਤੇ ਅਕਾਲੀ ਦਲ ਵਿੱਚ ਜੁਆਇਨ ਕਰ ਗਿਆ। ਹੁਣ ਵੀ ਇਹ ਹਾਲਾਤ ਤੇ ਪੰਜਾਬ ਦੇ ਵਿੱਚ ਬਣਦੀ ਜਾ ਰਹੀ ਹੈ ਕਿ ਤੁਸੀਂ ਇਹ ਕਹੇ ਕਿ ਇਹ ਤਿੰਨੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਖੇਤੀ ਦੇ ਬਾਰੇ ਪਾਸ ਹੋਏ ਆ, ਇਹ ਠੀਕ ਵੀ ਹੈਗੇ ਤੇ ਸਾਨੂੰ ਵੋਟਾਂ ਵੀ ਪਾਓ, ਇਹ ਦੋਵੇਂ ਗੱਲਾਂ ਤੇ ਨਹੀਂ ਹੋਣਗੀਆਂ। ਇਕੱਲਾ ਪੇਂਡੂ ਲੋਕਾਂ ਤੱਕ ਹੀ ਸੀਮਿਤ ਨਹੀਂ ਆ, ਸ਼ਹਿਰ ਦੇ ਵਿੱਚ ਵੀ, ਖਾਸ ਕਰ ਜਿਹੜੇ ਰੇਹੜੀ ਫੜੀ ਵਾਲੇ ਆ ਜਾਂ ਛੋਟੇ ਕਾਰੋਬਾਰੀ ਆ, ਦੁਕਾਨਦਾਰ ਜਾਂ ਹੋਰ ਮੈਨੂਫੈਕਚਰਰ, ਛੋਟੇ ਵਰਕਸ਼ਾਪਾਂ ਵਾਲੇ ਆ, ਸਾਰਿਆਂ ਨੂੰ ਬਹੁਤ ਵੱਡੇ ਪੱਧਰ ਤੇ ਗੱਲ ਅਫੈਕਟ ਕਰਨ ਵਾਲੀ ਆ। ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਸਮਝ ਵੀ ਪੈ ਗਈ ਹੈ, ਤੇ ਵੋਟਾਂ ਤੇ ਸ਼ਹਿਰਾਂ ਦੇ ਵਿੱਚ ਇਹਨਾਂ ਲੋਕਾਂ ਦੀਆਂ ਵੱਡੀਆਂ ਵੋਟਾਂ ਤੇ ਇਹਨਾਂ ਦੀਆਂ ਹੀ ਹੈਗੀਆਂ, ਬਾਕੀ ਜਿਹੜੇ ਬਹੁਤ ਵੱਡੇ ਅਮੀਰ ਲੋਕ ਆ ਉਹਨਾਂ ਦੀ ਤੇ ਇੱਕ ਇੱਕ ਵੋਟ ਕਿੰਨੀ ਕੁ ਵੋਟ ਆ, ਉਹ ਉਹਨੇ ਪੈਸੇ ਨਾਲ ਥੋੜੀ ਉਹਦਾ ਵਜਨ ਵੋਟ ਨਾਪਿਆ ਜਾਂਦਾ। ਵੋਟ ਤੇ ਹਰ ਆਦਮੀ ਦੀ ਇੱਕੋ ਹੀ ਆ, ਭਾਵੇਂ ਮੋਦੀ ਜੀ ਦੀ ਹੋਵੇ, ਭਾਵੇਂ ਅਮਿਤ ਸ਼ਾਹ ਦੀ ਹੋਵੇ, ਤੇ ਭਾਵੇਂ ਕਿਸੇ ਹੋਰ ਆਰਡੀਨਰੀ ਲੇਮੈਨ ਦੀ ਵੋਟ ਹੋਵੇ, ਉਹਦਾ ਵਜਨ ਇੱਕੋ ਜਿਹਾ ਹੀ ਹੈਗਾ। ਇਸ ਲਈ ਇਹ ਜਿਹੜਾ ਹੁਣ ਨਵਾਂ ਵੱਡਾ ਬਿਗਲ ਵੱਜਿਆ ਆ ਕਿ ਹੁਣ ਆਪਾਂ ਵੋਟਾਂ ਦੇ, ਸ਼ਹਿਰੀ ਵੋਟਾਂ, ਉਹਦੇ 'ਚ ਦੇਖਣਾ ਕਿ ਕੌਣ ਜੇ ਹਾਰਦਾ, ਕਿ ਜਿੱਥੇ ਕਿਸਾਨ ਇਹਦੇ ਲਈ ਸ਼੍ਰੋਮਣੀ ਅਕਾਲੀ ਦਲ ਲਈ ਕਾਫੀ ਚੁਣੌਤੀ ਪੂਰਵਕ ਹੈਗਾ, ਉਹ ਕਾਫੀ ਹਿੰਮਤ ਨਾਲ ਜੀ ਸੁਖਬੀਰ ਬਾਦਲ ਇੱਧਰ ਉੱਧਰ ਭੱਜੇ। ਦੂਜੇ ਪਾਸੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਜਿਹੜੇ ਨਵਾਂ ਨਵਾਂ ਇਹ ਅਲੱਗ ਹੋਏ ਆ ਅਕਾਲੀ ਦਲ ਬੀਜੇਪੀ ਨਾਲੋਂ, ਤੇ ਬੀਜੇਪੀ ਨੂੰ ਇਹੋ ਜਿਹਾ ਖੋਰਾ ਲੱਗਣਾ ਉਹ ਬੀਜੇਪੀ ਲਈ ਚਿੰਤਾ ਦਾ ਵਿਸ਼ਾ ਹੈ, ਤੇ ਅਕਾਲੀ ਦਲ ਕਾਫੀ ਉਹਦੀਆਂ ਚੁਸਕੀਆਂ ਲੈ ਰਹੇ। ਹਾਂਜੀ ਰੋਮਨ ਜੀ, ਪ੍ਰੋਫੈਸਰ ਸਾਹਿਬ, ਉੱਧਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੰਦਰੋਂ ਅੰਦਰ ਤਿਆਰੀਆਂ ਕਸ ਲਈਆਂ ਨੇ, ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਵਰਕਰਾਂ ਨਾਲ, ਤੇ ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਨਾਲ ਮੀਟਿੰਗਾਂ ਦੇ ਨਾਲ ਨਾਲ ਕਿਸਾਨਾਂ ਦੀ ਹਮਾਇਤ ਵਿੱਚ ਵੀ ਪ੍ਰਚਾਰ ਕਰ ਰਹੇ ਨੇ। ਕੁਦਰਤੀ ਆ ਉਹ ਦੋ ਤਿੰਨ ਜਗ੍ਹਾ ਗਏ ਆ, ਹੁਣ ਮੈਂ ਕਿਹਾ ਉਹ ਹੋਰ ਕੋਈ ਚਾਰਾ ਵੀ ਨਹੀਂ ਹੈ ਕਿ ਜਦੋਂ ਉਹਦੀ ਪਾਰਟੀ ਹੋ। ਮੈਨੂੰ ਲੱਗਦਾ ਸੀਗਾ ਕਿ ਜਿਸ ਤਰੀਕੇ ਵੀਰ ਬਾਦਲ ਜੀ ਕਰ ਰਹੇ ਆ, ਆਮ ਆਦਮੀ ਪਾਰਟੀ ਵੀ ਇੱਕ ਵਿਰੋਧੀ ਪਾਰਟੀ, ਨੰਬਰ ਦੀ ਵਿਰੋਧੀ ਪਾਰਟੀ ਹੈਗੀ, ਉਹਨਾਂ ਨੂੰ ਵੀ ਧੜੱਲੇ ਨਾ ਆਉਣਾ ਚਾਹੀਦਾ ਸੀ। ਕੋਈ ਸੀਟਾਂ ਵਗੈਰਾ ਦਾ ਤਾਂ ਅਨਾਊਂਸ ਕੀਤਾ ਉਹਨਾਂ ਨੇ, ਪਰ ਪੇਨ ਦੀ ਨਜ਼ਰ ਨਹੀਂ ਆ ਰਹੀ। ਪਰ ਜਿਸ ਤਰੀਕੇ ਨਾਲ ਅਕਾਲੀ ਦਲ ਹੁਣ ਤੋਂ ਹੀ ਪੂਰੀ ਤਿਆਰੀ ਦੇ ਨਾਲ ਜਗ੍ਹਾ ਜਗ੍ਹਾ ਉਤਰਿਆ, ਔਰ ਸੁਖਬੀਰ ਬਾਦਲ ਖੁਦ ਇਸ ਮੂਵਮੈਂਟ ਇਸ ਸੈਕਸ਼ਨਾਂ ਦੀ ਕਮਾਂਡ ਸੰਭਾਲ ਕੇ ਆਪਣੇ ਵਰਕਰਾਂ ਨੂੰ ਵਾਰਮ ਅਪ ਕਰ ਰਹੇ ਆ ਕਿ ਜੋ ਮੈਂ ਨਾਲ ਆ, ਕਿ ਉਹ ਕਾਫੀ ਇਸ ਗੱਲ ਦੇ ਵਿੱਚ ਸੀਰੀਅਸ ਕੰਟੈਕਸਟ ਦੇ ਵਿੱਚ ਉਤਰੇ ਹੋਏ ਆ, ਤੇ ਕੱਲ੍ਹ ਵੀ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਜਿੱਥੇ ਬਿਆਨ ਦਿੱਤੇ ਆ, ਉੱਥੇ ਜਿਵੇਂ ਕਿ ਲਗਾਤਾਰ ਪਹਿਲਾਂ ਵੀ ਉਹਨਾਂ ਦਾ ਹੈਗਾ ਕਾਂਗਰਸ ਦੇ ਤਾਬੜ ਤੋੜ ਹਮਲੇ, ਜੇ ਪੰਜਾਬ ਦਾ ਕੋਈ ਪੱਠਾ ਬੈਠ ਰਿਹਾ ਜਾਂ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਉਹ ਉਹਨਾਂ ਨੇ ਅੱਜ ਤੱਕ ਕਾਂਗਰਸ, ਪੰਜਾਬ ਦੀ ਕਾਂਗਰਸ ਨੇ ਪੂਰੇ ਨਹੀਂ ਕੀਤੇ। ਇਟਸ ਹਾਈ ਟਾਈਮ, ਕਿਉਂਕਿ ਹੁਣ ਇਲੈਕਸ਼ਨਾਂ ਦਾ ਦੌਰ ਹੈਗਾ, ਇਲੈਕਸ਼ਨ ਟਾਈਮ ਹੈਗਾ ਕਿ ਆ ਕਿ ਉਹ ਕਾਂਗਰਸ ਨੂੰ ਵੀ ਇਹ ਇਹਨਾਂ ਮਾਮਲਿਆਂ ਦੇ ਉੱਤੇ ਜੋ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਹੋਏ, ਉਹਦੇ 'ਤੇ ਉਹ ਟਾਰਗੇਟ ਰੋਮ।
ਸੋ ਪ੍ਰੋਫੈਸਰ ਸਾਹਿਬ ਇਸ ਦੇ ਨਾਲ ਵੇਲਾ ਚੱਲਿਆ ਪ੍ਰੋਗਰਾਮ ਦੀ ਸਮਾਪਤੀ ਵੱਲ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਰੋਮਨ ਤੁਹਾਡੀ ਟੀਮ ਦਾ ਤੁਹਾਡਾ ਔਰ ਸਾਰੇ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਦਰਸ਼ਕੋ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਿੱਧੀ ਗੱਲ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ